मेरे का वो लग गई। मोटाई दूजा एक्सपेरिमेंट वड्डा इस वारी हुण तू उत्ते बैठी ठीक है आहो मैं नाल उड्डा कीता वध खेल ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਨੇ? ਠੀਕ ਠਾਕ ਹੋ ਸਾਰੇ? ਤੇ ਯਾਰ ਮੈਂ ਵੀ ਬਿਲਕੁਲ ਵਧੀਆ ਵਾਂ। ਤੇ ਯਾਰ ਅੱਜ ਹੈਗੀ ਆ ਦੀਵਾਲੀ, ਜਿੱਦਾਂ ਕਿ ਮੈਂ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਕਿਹਾ ਸੀਗਾ ਕਿ 2 ਦਿਨ ਬਾਅਦ ਆ, ਤੇ ਅੱਜ ਫਾਈਨਲੀ ਹੈਗੀ ਆ ਦੀਵਾਲੀ। ਸੋ ਵਾਲ ਵੀ ਮੈਂ ਕਟਾ ਲਏ ਹੋਏ ਆ, ਵੇਖੋ ਬਹੁਤ ਜ਼ਿਆਦਾ ਯਾਰ ਲੰਬੇ ਹੋਣ ਡੇ, ਮੈਂ ਫਿਰ ਕਟਾ ਲਏ ਯਾਰ। ਹੁਣ ਠੀਕ ਹੈ, ਵੈਸੇ ਮੱਥੇ ਉੱਤੇ ਨਹੀਂ ਨਾ ਪੈਂਦੇ, ਕਾਲੀ ਜਿਹੀ ਪੈਂਦੇ ਮੱਥੇ ਉੱਤੇ ਪੈਂਦੇ ਨਾ, ਐਂ ਲੱਗਦਾ ਪਤਾ ਨਹੀਂ ਕਿੰਨਾ ਕੁ ਭਾਰ ਹੈ ਸਿਰ ਉੱਤੇ। ਹੁਣ ਲਾਈਟ ਲਾਈਟ ਫੀਲ ਦਿਆ। ਹੁਣ ਪਟਾਕੇ ਯਾਰ ਮੈਂ ਜ਼ਿਆਦਾ ਨਹੀਂ ਲਿਆਉਂਦੇ ਕਿਉਂਕਿ 2 ਘੰਟੇ ਦੀ ਚਾਂਦਨੀ ਹੁੰਦੀ ਫਿਰ ਅੰਧੇਰੀ ਰਾਤ, ਹੈ ਨਾ। ਮਤਲਬ 2 ਘੰਟੇ ਬਸ ਪਟਾਕੇ ਚੱਲਣੇ ਆ, ਪੈਸੇ ਫੂਕਣ ਵਾਲਾ ਹਿਸਾਬ ਹੁੰਦਾ, ਅਤੇ ਮੈਂ ਇਸ ਕਰਕੇ ਥੋੜ੍ਹੇ ਪਟਾਕੇ ਲੈ ਕੇ ਆਇਆ ਵਾਂ, ਹੈ ਨਾ। ਅਤੇ ਪਟਾਕੇ ਹੋਰ ਵੀ ਲੈ ਕੇ ਆਏ ਹਾਂ ਆਪਾਂ ਅੱਜ ਵਾਸਤੇ, ਅਤੇ ਉਹ ਪਿਛਲੇ ਵਾਲੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਪਟਾਕੇ ਵਿਖਾਏ ਸੀ, ਪਰ ਇਸ ਵਾਰੀ ਚਲਾਵਾਂਗੇ। ਫਿਲਹਾਲ ਜੇ ਟਾਈਮ ਹੋਇਆ 4 ਵਜੇ ਆ, ਅਤੇ ਪਟਾਕੇ ਫੋੜਾਂਗੇ ਰਾਤ ਨੂੰ, ਹਜੇ ਨਹੀਂ, ਥੋੜ੍ਹਾ ਬਹੁਤ ਐਕਸਪੈਰੀਮੈਂਟ ਵੀ ਕਰਾਂਗੇ ਨਾਲੇ, ਬਾਲਟੇ ਬੁਲਟੇ ਰੱਖ ਕੇ ਕਿੰਨੇ ਆ ਕੀ ਹੁੰਦਾ ਬਾਲਟੇ ਦਾ ਹਾਲ। ਅਤੇ ਫਿਲਹਾਲ ਹਜੇ ਹੈਗੀ ਆ ਦੁਪਹਿਰ, ਵੇਖ ਸਕਦੇ ਹੋ ਤੁਸੀਂ, ਇੰਤਜ਼ਾਰ ਦੇ ਹੋਣੇ ਕਰਨ ਹੁਣ ਪਟਾਕਿਆਂ ਦਾ, ਐਕਸਾਈਟਿਡ ਹੋਣੇ ਮੇਰੇ ਵਾਂਗੂ, ਅਤੇ ਮੈਂ ਵੀ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਿਡ ਹਾਂ। ਅਤੇ ਕਰ ਦਈਏ ਫਿਰ ਪਾ ਦਈਏ ਸ਼ਾਮਾਂ, ਵੇਖੋ ਵੇਖਿਆ ਕਿੰਨੀ ਜਲਦੀ ਮੈਂ ਸ਼ਾਮਾਂ ਪਾਤੀਆਂ। ਅਤੇ ਯਾਰ ਵਲੋਗ ਜਿਹੜਾ ਆ ਇਹ 2 ਕੁ ਦਿਨ ਲੇਟ ਹੋ ਸਕਦਾ ਆ, ਕਿਉਂਕਿ ਅੱਜ ਹੈਗੀ ਆ 4 ਤਰੀਕ, ਯਾਨੀ ਕਿ ਦੀਵਾਲੀ, ਅਤੇ ਅੱਜ ਰਾਤ ਨੂੰ ਤੁਹਾਨੂੰ ਪਤਾ ਵਲੋਗ ਬਣੂਗਾ, ਫਿਰ ਐਡਿਟ ਜਿਹੜਾ ਆ ਫਿਰ ਨੈਕਸਟ ਡੇ ਹੋਊਗਾ, ਹੈ ਨਾ। ਨੈਕਸਟ ਡੇ ਐਡਿਟ ਹੋਊਗਾ, ਉਹਦੇ ਵਿੱਚ ਫਿਰ ਮੈਂ ਥੰਬਨੇਲ ਵੀ ਐਡਿਟ ਕਰਨਾ, ਟਾਈਮ ਲੱਗ ਜਾਂਦਾ। ਸੋ ਵਲੋਗ ਵੀ ਉਸੇ ਦਿਨ ਮੈਂ ਅਪਲੋਡ ਕਰ ਦੇਣਾ, ਕੱਲ੍ਹ ਹੀ ਮਤਲਬ ਅਪਲੋਡ ਕਰ ਦੇਣਾ, ਬਟ ਆਊਗਾ ਪਰਸੋਂ ਨੂੰ, ਲੇਟ ਹੋ ਸਕਦਾ, ਮਤਲਬ ਦੀਵਾਲੀ ਤੋਂ 1-2 ਦਿਨ ਬਾਅਦ ਹੀ ਆਊਗਾ ਵਲੋਗ। ਅਤੇ ਯਾਰ ਹਜੇ ਵੀ ਮਤਲਬ 5 ਵਜੇ, ਹਜੇ ਵੀ ਟਾਈਮ ਹੈਗਾ ਬਥੇਰਾ, ਹੁਣ ਰਾਤ ਪਾ ਦਈਏ। ਅਤੇ ਯਾਰ ਹਨੇਰਾ ਤਾਂ ਹੋ ਚੁੱਕਿਆ, ਅਤੇ ਹਜੇ ਵੈਸੇ 7 ਵਜੇ ਆ, ਹਜੇ ਨਹੀਂ ਪਟਾਕੇ ਚਲਾਉਣੇ, ਪਟਾਕੇ ਚਲਾਵਾਂਗੇ ਥੋੜ੍ਹੀ ਠਹਿਰ ਕੇ, 7 ਹੀ ਵਜੇ ਮੈਂ ਸਾਰੇ ਚਲਾ ਚਲੂ ਕੇ ਸ਼ਾਂਤ ਹੋ ਜਾਣੇ, ਫਿਰ ਆਪਾਂ ਚਲਾਵਾਂਗੇ 9 ਵਜੇ, 8:30-9 ਵਜੇ, ਅਤੇ 8:30-9 ਵਜੇ ਤੱਕ ਤਾਂ ਵੇਟ ਕਰੋ। ਅਤੇ ਆਹ ਸਾਡਾ ਪਿੰਡ ਚੈੱਕ ਕਰੋ, ਇਹੋ ਕਿਤਰਾ ਲਾਈਟਾਂ ਜਗਣੀਆਂ ਸਾਰੇ ਸਾਡੇ ਘਰ ਨੂੰ, ਵੇਖੋ ਇੱਧਰ ਪਿੰਡ। ਮਤਲਬ ਕਿ ਯਾਰ ਸਾਫ਼ ਨਹੀਂ ਦਿਖਾਈ ਦੇਣ ਡਿਆ, ਕਿਉਂਕਿ ਕੈਮਰਾ ਜਿਹੜਾ ਆ ਠੀਕ ਨਹੀਂ ਹੈਗਾ, ਆਈਫੋਨ 6S ਦਾ ਠੀਕ ਆ। ਸੋ ਪਲੈਨ ਦਿਆ ਬਣਨ, ਸ਼ਾਇਦ ਮੈਂ ਵਧੀਆ ਫੋਨ ਲਵਾਂ, ਵਧੀਆ ਮਤਲਬ ਵਧੀਆ ਕੈਮਰੇ ਵਾਲਾ, ਮੈਨੂੰ ਦਿਖਣ ਵੀ ਨਹੀਂ ਕੁੱਕ ਦਿਆ। ਸੋ ਵੇਖਦੇ ਹਾਂ ਕਦੋਂ ਤੱਕ ਫੋਨ ਲੈਂਦੇ ਹਾਂ, ਜੇ ਲੱਗ ਜਾਣਾ ਵੈਸੇ ਟਾਈਮ 'ਤੇ, ਬਾਕੀ ਹਜੇ ਟਾਈਮ ਨਹੀਂ ਹੋਇਆ ਪਟਾਕੇ ਫੋੜਨ ਦਾ, ਫੋੜਾਂਗੇ ਥੋੜ੍ਹੀ ਦੇਰ ਤੱਕ। ਵੀ ਚੱਲ ਲੈਂਦੇ ਕੋਈ ਛੁਰਲੀ, ਚੱਲ ਲੈਂਦੇ ਅਜੇ, ਤੂੰ ਚਲਾਉਣਾ ਛੁਰਲਾ। ਅਤੇ ਯਾਰ ਹੁਣ ਤੁਸੀਂ ਲਓ ਪਟਾਕਿਆਂ ਦਾ ਨਜ਼ਾਰਾ, ਕਿਉਂਕਿ ਹੁਣ ਅਸੀਂ ਲੱਗੇ ਹਾਂ ਪਟਾਕੇ ਚਲਾਉਣ। ਅਤੇ ਇਹ ਵੀਡੀਓ ਜਿਹੜੀ ਸਿਰਫ ਐਂਟਰਟੇਨਮੈਂਟ ਪਰਪਸ ਵਾਸਤੇ, ਇਹਨੂੰ ਘਰੇ ਟਰਾਈ ਨਾ ਕਰਿਓ, ਅਸੀਂ ਤਾਂ ਟਰਾਈ ਕਰਦੇ ਹਾਂ ਕਿਉਂਕਿ ਯਾਰ ਅਸੀਂ ਬਣਾਉਂਦੇ ਹਾਂ ਵਲੋਗ, ਪਰ ਤੁਸੀਂ ਨਹੀਂ ਕਰਨਾ। ਸੋ ਦੇਖੋ ਇੰਜੋਏ ਕਰੋ, ਬਟ ਮਾੜਾ ਬਰੂ ਚੱਲਣ ਵਾਲਾ ਜੀ, ਬੰਬ ਵੀ ਚਲਾਉਣਾ ਨਾਲ, ਚਲਾਉਂਦੇ ਬੰਬ ਦੀ ਹੈ।
प्लीज गिव मी दिस देख के ओ पे नहीं लागे गलाउन ने की हो गए ओ इधर ला तू ਇਹ ਤਾਂ ਛੱਡੀ ਆਈ ਤੂੰ ਕਿ ਉਹ ਜਿਲੇਵਾ ਜਦੀ ਚੱਲ ਜਾਈਏ ਤੂੰ ਆਉਂਦੀ ਆ ਕਿਸਾਨ ਨੂੰ ਕਿਹਾ ਛੱਡ ਦੇ ਉਹ ਇਹ ਗਿਆ ਗੈਪ ਹੋ ਗਿਆ ਉਹ ਉਧਰ ਚਲ ਗਈ ਬੋਲਟ ਚਲਾਈਏ ਬ్రో ਹੈ ਉਹ ਬੋਲਟ ਫੇਰ ਚਲਾਈਏ ਹੁਣ ਆ ਆ ਚੱਲ ਲਾ ਤੂੰ बाहर चलिए ब्रो ओ बुलेट मम फड़ा दे अपन दा कान मेरे सर जी आ फड़ा दे चल टाटा आ जा मैं बाहर अंकल जी बाहर आ जाओ बाहर बढ़िया मैं जा आना जैसे कोई चल दे बाहर ही आ जाओ आ जाओ बाहर आ जाओ आ जाओ बाहर आ जाओ सारे 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 आ जाओ आ जाओ आ जाओ आ जाओ आ जाओ तुम किधर चल गए जे बाहुबली इधर ले आ जे कोखनी छेल लेनी ना बड़ी छेती अग लगी अग बड़ी छेती लगी हाथ फड़ के लाइटर सीधा करी एक ਉਤਰਾ ਤੇ ਹੈਗਾ ਲਾਈਟਰ ਤੇ ਚੱਲ ਫਿਰ ਚਲਾਓ ਬ్రో ਤੇ ਅੱਗ ਲਾ ਦੇ ਬਸ ਤਿੱਲੀ ਤੇ ਪੁੱਠਾ ਹੀ ਪੁੱਠਾ ਹੀ ਪੁੱਠਾ ਹੀ ਤਾਂ ਨਿਕਲ ਜਾਣੀ ਹਾਂ ਆਹੋ ਆਹੋ ਪਹਿਲਾਂ ਮੈਂ ਲਾਉਣਾ ਲਾਤਾ ਉਹ ਖਰਾਬ दूजे चलाते चला मैं ठा हो जाए मैं अग लोनी चंगाने पे पर कर उस दिन
ਤੇ ਚੱਲ ਪਏ ਵਾਹ ਡੇ ਕੰਨ ਲੱਗੇ ਠਾ ਹੋ ਗਿਆ ਉੱਥੇ ਪਾਗਲ ਜਿਹਾ ਇਹ ਜਿਹੜੇ ਚੱਲੇ ਨਹੀਂ ਸੁਦਾਈ ਹੋ ਗਿਆ ਉਹ ਤੇ ਹੋਰੀ ਚੱਲ ਪਹਿਲਾਂ ਉਹਨੂੰ ਲਾਗ ਇਹਨੂੰ ਨਹੀਂ ਨਹੀਂ ਯਾਰ ਉਹਨੂੰ ਬਾਚੋ ਉਹ ਭਰਾ ਉਹਨੂੰ ਬਾਚੋ ਸੁਦਾਈ ਰਹਿਣਾ ਤੁਸੀਂ ਹੁਣ ਤੜ ਤੜ ਹੁਣ ਮਾਲਾ ਤੇ ਯਾਰ ਇਹ ਹੁਣ ਅਸੀਂ ਆਪਣੇ ਜਿਹੜੇ ਪਟਾਕੇ ਲੱਗੇ ਆ ਫੋੜਨ ਛੋਟਾ ਜਿਹਾ ਐਕਸਪੈਰੀਮੈਂਟ ਦੇਖੋ ਇਹਦੇ ਵਿੱਚ 100 ਨੇ 100 ਵਾਲਾ ਪਤਾ ਨਹੀਂ ਕੀ ਦਿਖਾਉਂਦੇ ਦੇਖ ਸਕਦੇ ਇਹ ਤਾਂ ਤਿਆਰ ਰੱਖਾਂਗੇ ਇਹਨੇ ਕੀ ਬਣਦਾ ਇਹਦਾ ਕੁੱਖ ਵੀ ਨਹੀਂ ਹੋਇਆ ਇਹਨੂੰ ਹੁਣ ਕਿਹੜੀ ਸਿਟੀ ਵਾਲੀ ਹੈ ਸਾਦੀ ਆ ਸਿੰਪਲ ਇਹਨੇ ਪਾਟ ਜਾਣੇ ਪਰਾਂ ਜਾ ਸਿਟੀ ਵਾਲੀ ਆ ਇਹਨੇ ਪਾਟਣਾ ਹੀ ਘੁੰਮ ਕੇ ਸ਼ਾਇਦ ਨਾ ਹੀ ਹੋਏ ਆਲੂ ਇਹਦੇ ਵਿੱਚ ਬੜੀ ਸੋਹਣੀ ਬਟਰਫਲਾਈ ਨਿਕਲਣੀ ਜੇ ਵੇਖੇ ਹੁਣੇ ਵੇਖੀ ਵੇਖੀ ਲੱਗਣਾ ਹਾਇਆ ਭੂਸਾ ਹਾਇਆ ਭੂਸਾ ਹੁਣ ਵਾਰੀ ਆ ਇਹਦੀ ਇਹਦੇ ਵਿੱਚ ਪਤਾ ਨਹੀਂ ਕੀ ਨਿਕਲਦਾ ਜਾਂ ਤਾਂ ਰੋਕੇਟ ਵਾਂਗੂ ਨਿਕਲੂਗਾ ਇਹਦੇ ਚੋਂ ਵੀ ਉਹ ਹੀ ਨਿਕਲਦੇ ਆ ਬ੍ਰੋ ਨਾਰ ਵਰਗਾ ਹੈ ਮੈਂ ਵੇਖਿਆ ਇੱਕ ਵਾਰੀ ਚਲਾ ਕੇ ਨਾਰ ਹੀ ਹੈ ਚੱਲ ਵੈਨੇ ਆ ਭਜਲੀ ਨਾਰ ਵਾਂਗੂ ਚੱਲਦਾ ਬ੍ਰੋ ਇਹ ਭਜਲੀ ਪਟਾਕਾ ਵੀ ਕਈ ਵਾਰ ਵੱਜ ਜਾਂਦਾ ਇਹਦਾ ਪਟਾਕਾ ਵੱਜਣਾ ਇਹਦਾ ਆਖਿਆ ਹੈ ਨਾ ਹੁਣ ਫੁੱਟਣਾ ਹੀ ਲੈ ਤੂੰ ਉਹਦੇ ਲਾਗੇ ਕਰੀ ਜਾ ਨਾ ਅੱਗ ਟੱਟੂ ਬੱਲ ਲੈ ਅਚਾਨਕ ਚੱਲ ਜਾਣਾ ਉਹ ਮੈਂ ਕਹਿਣਾ ਇਹ ਉਹਦੇ ਲਾਗੇ ਕਰਨਾ ਉਹ ਛੁਰਲੀ ਚੱਲਣਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੇ ਤੇਰੇ ਹੱਥ ਵੜ ਗਿਆ ਨਾ ਆਪਾਂ ਜੁੰਮੇ ਯਾਰ ਨਹੀਂ ਉਹੀ ਗੱਲ ਮੈਨੂੰ ਪਹਿਲਾਂ ਡਰਾਉਣ ਡਿਆ ਇਹਦਾ ਨਹੀਂ ਛਿੱਲੇ ਉਹਦੇ ਵਿੱਚ ਨਹੀਂ ਛਿੱਲੇ ਦੂਜੇ ਨਿਕਲਦੀ ਉਹਦੇ ਵਿੱਚ ਵਾੜ ਦਿੰਦਾ ਫੀਤਾ ਤੇ ਚੱਲੇ ਸਵਾ ਫਿਰ ਫੀਤਾ ਦੂਜਾ ਹੈ ਨਾ ਵੇਖੀ ਸਾਲਾ ਮੈਨੂੰ ਪਤਾ ਵੀ ਲੱਗ ਗਿਆ ਚੱਲਿਆ ਮੈਂ ਡਰ ਲੱਗ ਰਿਹਾ ਇਹ ਦੇ ਤੇ ਨਾਲ ਲੈ ਕੇ ਭੱਜਣਾ ਤਿੰਨ ਪਾਸੇ ਨਿਕਲੇ ਟੁੱਟਾ ਲੱਗਦਾ ਇਹਦੇ ਵਿੱਚੋਂ ਨਿਕਲਿਆ ਫੜੀ ਇਹਦੇ ਵਿੱਚ ਵੜ ਦਿਆ ਜਿੱਥੇ ਛੇਕ ਜਾ ਨਿਕਲਿਆ ਦੋ ਵਾਰੀ ਚੱਲਦੀ ਹੈ ਸਿੱਧੀ ਚਲਾ ਸਿੱਧੀ ਘੁੰਮਣੀ ਆ ਬਸ ਨੇ ਕੋਈ ਇਕੱਠੇ ਲਾ ਦਿੰਦੇ ਇਹਨੂੰ ਦੋਵੇਂ ਫੜਾ ਨਹੀਂ ਉਹ ਬੁਲਟ ਫੋਨ ਸੁੱਟ ਕੇ ਚਲ ਗਏ ਉਹ ਜਾ ਚੱਲਿਆ ਨੀ ਚਲੋ ਇੱਧਰ ਇੱਕ ਬਸ ਰਹਿ ਗਈ ਗੜਬੜੀ ਹੋਈ ਯਾਰ ਉਂਗਲੀ ਤੇ ਘੁਮਾ ਦੇਣੀ ਹੱਥ ਨਾ ਘੁਮਾ ਦੇਣੀ ਇਹਨੂੰ ਸੁੱਟਣ ਡਿਆ ਤੇ ਫਿਰਕਣੀ ਆ ਉਹ ਹੱਥ ਹੀ ਚੱਲਣ ਡਿਆ ਪੈਣਾ ਇਹਦਾ ਅੱਗ ਲੱਗੀ ਆ
यार पटाके तो हो चुके हैं खत्म, तो व्लॉग नहीं भी इतने करते खत्म। जो व्लॉग वधिया लगा लाइक करो, कमेंट करो, बकवास बंद करो, तो शेयर कर दो, तो मिलते नेक्स्ट व्लॉग दे। टिल देन टेक केयर, बाय बाय।